ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਮਹਾਂਵਾਕਾਂ ਅਨੁਸਾਰ ਬਾਬਿਆਂ ਦੀਆਂ ਕਹਾਣੀਆਂ ਵੱਡੇ ਵਡੇਰਿਆਂ ਦੇ ਜੋੜ ਮੇਲੇ ਗੁਰੂ ਸਾਹਿਬਾਂ ਦੇ ਜਨਮ ਦਿਹਾੜੇ ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਵਿੱਚ ਉਹਨਾਂ ਦੇ ਪਵਿੱਤਰ ਅਸਥਾਨਾਂ 'ਤੇ ਸ਼ਹੀਦਾਂ ਦੇ ਜੋੜ ਮੇਲੇ ਉਹਨਾਂ ਦੇ ਵੰਸ਼ ਦੇ ਲੋਕ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਸਿੱਖ ਸੇਵਕ ਹਰ ਸਾਲ ਮਨਾਉਂਦੀਆਂ ਹਨ। ਕਿਸ ਕਰਕੇ ਕਿ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਉਹਨਾਂ ਦੇ ਕੀਤੇ ਹੋਏ ਪੂਰਨਿਆਂ 'ਤੇ ਚੱਲਣ ਵਾਸਤੇ ਉਹਨਾਂ ਦੀਆਂ ਯਾਦਾਂ ਨੂੰ ਯਾਦ ਰੱਖਣ ਵਾਸਤੇ ਆਪਾਂ ਜੋੜ ਮੇਲਾ ਮਨਾਉਂਦੇ। ਇਸੇ ਤਰ੍ਹਾਂ ਸੰਤਾਂ ਮਹਾਂਪੁਰਸ਼ਾਂ ਦੇ ਵਿੱਚੋਂ ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲੇ ਜਿਨ੍ਹਾਂ ਨੇ ਆਪਣਾ ਘਰ ਬਾਰ ਤਿਆਗ ਕੇ ਸਾਰੀ ਜ਼ਿੰਦਗੀ ਉਸ ਪਰਮੇਸ਼ਰ ਦੀ ਉਸ ਪ੍ਰਭੂ ਦੀ ਭਗਤੀ 'ਤੇ ਲਾ ਦਿੱਤੀ। ਉਹਨਾਂ ਦੇ ਪਵਿੱਤਰ ਚਰਨ ਛੋਹ ਧਰਤੀ 'ਤੇ ਉਹਨਾਂ ਦੇ ਮਹਾਂਵਾਕ ਅਨੁਸਾਰ ਜਿੱਥੇ ਸੰਤ ਮਹਾਂਪੁਰਸ਼ ਚਰਨ ਪਾ ਦਿੰਦੇ ਹਨ ਉਹ ਧਰਤੀ ਪਵਿੱਤਰ ਹੋ ਜਾਂਦੀ। ਉਹਨਾਂ ਦੇ ਜੋੜ ਮੇਲੇ ਨੂੰ ਮਨਾਉਣ ਦੇ ਸੰਬੰਧ ਵਿੱਚ ਬਾਬਾ ਗੁਰਮੇਲ ਸਿੰਘ ਦੀ ਰਹਿਨਮਾਈ ਦੇ ਹੇਠ ਇਹ ਜੋ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਪਰਸੋਂ ਦੇ ਰੋਜ਼ ਤੋਂ ਇਹ ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਕ ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਪ ਪ੍ਰਾਰੰਭ ਕੀਤੇ ਗਏ। ਸੋ ਆਓ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਬਖਸ਼ੇ ਫਤਿਹ ਸਾਂਝੀ ਕਰੀਏ। ਆਓ ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਖਰੀ ਸਮਾਂ ਦੇਖ ਕੇ ਨੰਦੇੜ ਸਾਹਿਬ ਵਿਖੇ ਇੱਕ ਦੋਹਰਾ ਕਿਹਾ, ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਹੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਨਹੀਂ ਲੇ। ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਪੋਥੀ ਪਰਮੇਸ਼ਰ ਦਾ ਥਾਨ ਦਾ ਪ੍ਰਕਾਸ਼ ਕਰਵਾ ਕੇ ਤੇ ਇੱਕ ਪਾਸੇ ਪੰਜ ਸਿੰਘ ਸਜਾ ਕੇ ਸਾਹਮਣੇ ਸਮੂਹ ਸੰਗਤ ਨੂੰ ਸੰਬੋਧਨ ਕੀਤਾ ਕਿ ਇਹ ਗੁਰੂ ਨਾਨਕ ਨਾਮ ਲੇਵਾ ਸੂਰਤ ਕਲਾ ਆ, ਢਾਡੀ ਇੱਕ ਕਲਾ ਹੈ, ਕੀਰਤਨ ਕਰਨਾ ਇੱਕ ਕਲਾ ਹੈ, ਗਾਉਣਾ ਵਜਾਉਣਾ ਇੱਕ ਕਲਾ ਹੈ, ਲੇਕਿਨ ਸੰਤ ਹਰ ਇੱਕ ਅਖਵਾ ਲੈਂਦਾ ਪਰ ਸੰਤ ਬਣਨਾ ਬੜਾ ਔਖਾ ਹੈ। ਇਸ ਤਰ੍ਹਾਂ 10,000 ਸੰਗਤ ਦਾ ਇਕੱਠ ਹੋਇਆ ਹੋਵੇ ਤੇ ਉਹਨੂੰ ਇੱਕ ਮਹਾਂਪੁਰਸ਼ ਆ ਕੇ ਸੰਬੋਧਨ ਕਰੇ ਤੇ 10,000 ਸੰਗਤ ਦੇ ਵਿੱਚੋਂ ਇੱਕ ਜਗਿਆਸੂ ਉੱਠਦਾ, ਇੱਕ ਜਾਗਿਆ, ਔਰ ਉਸ 10,000 ਜਗਿਆਸੂ ਦਾ ਇਕੱਠ ਨੂੰ ਇੱਕ ਮਹਾਂਪੁਰਸ਼ ਸੰਬੋਧਨ ਕਰੇ ਤਾਂ 10,000 ਜਗਿਆਸੂ ਦੇ ਵਿੱਚੋਂ ਇੱਕ ਸਾਧ ਉੱਠਦਾ, ਉਹ ਸਾਧਗੀ ਕਰਨ ਹਜੇ ਤੁਰਿਆ ਆ, ਔਰ ਇਹੋ ਜਿਹਾ ਸਾਧਗੀ ਕਰਨ ਵਾਸਤੇ ਭਗਤੀ ਕਰਨ ਵਾਸਤੇ ਇਹੋ ਜਿਹੇ ਭਗਤੀ ਕਰਨ ਵਾਲਿਆਂ 10,000 ਦਾ ਇਕੱਠ ਹੋਇਆ ਹੋਵੇ ਤੇ ਉਹਦੇ ਵਿੱਚੋਂ ਇੱਕ ਸੰਤ ਮਹਾਂਪੁਰਸ਼ ਬਣਦਾ। ਸੰਤ ਬਣਨਾ ਕੋਈ ਸੌਖੀ ਗੱਲ ਨਹੀਂ, ਕਿਉਂਕਿ ਸੰਤ ਨੂੰ ਬਾਣੀ ਨੇ ਵੀ ਬਜਾਇਆ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੁੱਧ ਭਾਗੀ ਪਾਏ। ਸੰਤ ਮਹਾਂਪੁਰਸ਼ ਪਰਮੇਸ਼ਰ ਨੇ ਆਪਣਾ ਰੂਪ ਆਪਣੇ ਲਾਹੀ ਜੋਤ ਦੇ ਕੇ ਇਹ ਧਰਤੀ ਤੇ ਭੇਜੇ। ਇਸ ਕਰਕੇ ਕਿ ਉਹ ਆਪ ਜਪਦੇ ਤੇ ਆਪਣਾ ਨਾਮ ਜਪਾਉਂਦੇ, ਉਹ ਪਰਮੇਸ਼ਰ ਦਾ ਨਾਮ ਆਪ ਜਪਦੇ ਤੇ ਸਾਨੂੰ
ਉਸ ਪਰਮੇਸ਼ਰ ਦੇ ਨਾਲ ਭਗਤੀ ਉਸ ਪਰਮੇਸ਼ਰ ਨਾਲ ਜੁੜਨ ਦਾ ਰਾਹ ਦੱਸਦੇ ਹਨ ਕਿਉਂਕਿ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਇਸ ਪਰਮੇਸ਼ਰ ਜੋ ਪਰਮਾਤਮਾ ਹੈ ਉਹ ਸਾਡੀ ਮੁਕਤੀ ਦਿੰਦਾ ਤੇ ਮੁਕਤੀ ਨੂੰ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਸਾਨੂੰ ਸੰਤ ਮਹਾਂਪੁਰਸ਼ ਦਿੰਦੇ ਹੈ ਇਸ ਕਰਕੇ ਸੰਤ ਸਰਨ ਜੋ ਜਨ ਆਵੇ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸੰਤਾਂ ਮਹਾਂਪੁਰਸ਼ਾਂ ਦੇ ਜਿਹੜਾ ਸ਼ਰਨ ਵਿੱਚ ਆ ਜਾਂਦਾ ਉਹਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਉਹਦਾ ਉਧਾਰ ਹੋ ਜਾਂਦਾ ਲੇਕਿਨ ਸੰਤ ਸਨ ਜੋ ਜਨ ਆਵੇ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਜਿਹੜਾ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਦਾ ਉਹ ਇਸ ਧਰਤੀ ਤੇ ਜਨਮ ਦਾ ਤੇ ਮਰਦਾ ਕੀੜੇ ਮਕੌੜਿਆਂ ਦੇ ਜਨਮ ਲੈ ਕੇ ਇਸ ਧਰਤੀ ਤੇ ਫਿਰਦਾ ਰਹਿੰਦਾ ਟਾਈਮ ਇਜਾਜ਼ਤ ਨਹੀਂ ਦਿੰਦਾ ਸੋ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਜ਼ਰੂਰ ਕਰਨੀ ਚਾਹੀਦੀ ਪਰ ਇਹੋ ਜਿਹੇ ਸੰਤ ਬਾਬਾ ਗੁਰਮੇਲ ਸਿੰਘ ਜੀ ਵਰਗੇ ਜਿਨ੍ਹਾਂ ਨੇ ਘਰ ਘਰ ਚੱਪਣ ਤਿਆਗ ਕੇ ਸਾਧਗੀ ਕੀਤੀ ਇਸ ਪਵਿੱਤਰ ਧਰਤੀ ਨੂੰ ਭਾਗ ਲਾਏ ਇਹੋ ਜਿਹੇ ਸੰਤਾਂ ਮਹਾਂਪੁਰਸ਼ਾਂ ਦੇ ਚਰਨ ਫੜਿਆ ਕਰੋ ਲੇਕਿਨ ਪਖੰਡੀ ਸੰਤ ਇਸ ਵੇਲੇ 17,500 ਸਾਡੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ 17,500 ਡੇਰੇਦਾਰ ਬੈਠੇ ਜਿਨ੍ਹਾਂ ਦੇ ਵਿੱਚੋਂ ਹੈਨ ਵਿਰਲੇ ਫੈੜ ਫੱਕੜ ਸੰਸਾਰ ਕੋ ਵਿਰਲੇ ਵਿਰਲੇ ਹਨ ਸੰਤ ਕੀ ਜਿਹੜੇ ਹੁੰਦੇ ਹਨ ਜਿਹਨਾਂ ਸਾਸ ਗਿਰਾਸ ਨਾ ਵਿਸਰੇ ਹਰਨਾਮਾ ਮਨ ਮੰਤ ਤਨ ਸਹੀ ਸੇ ਨਾਨਕ ਪੂਰਨ ਸੇ ਸੰਤ ਜਿਹੜੇ ਸਾਸ ਗਿਰਾਸ ਜਿਹੜੇ ਸਵਾਸ ਸਵਾਸ ਪ੍ਰਭੂ ਦਾ ਨਾਮ ਜਪਦੇ ਉਹ ਸੰਤ ਮਹਾਂਪੁਰਸ਼ ਹੁੰਦੇ ਹਨ ਤੇ ਇਸ ਕਰਕੇ ਸੰਤਾਂ ਮਹਾਂਪੁਰਸ਼ਾਂ ਦਾ ਸਾਨੂੰ ਪੱਲਾ ਜ਼ਰੂਰ ਫੜਨਾ ਚਾਹੀਦਾ ਸੰਤਾਂ ਮਹਾਂਪੁਰਸ਼ਾਂ ਦਾ ਲੜ ਫੜ ਕੇ ਗੁਰੂ ਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦੇ ਜੋੜ ਮੇਲਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਇਸ ਸੰਗਤ ਵਿੱਚ ਬੈਠ ਕੇ ਵਿਦਵਾਨਾਂ ਨੇ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਵਿਦਵਾਨਾਂ ਨੇ ਇਸ ਸੰਬੰਧੀ ਇਸ ਪ੍ਰਵਚਨਾਂ ਨੂੰ ਸੰਤਾਂ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੂੰ ਸੁਵੰਤੀ ਬੂੰਦ ਦਾ ਦਰਜਾ ਦਿੱਤਾ ਸੁਵੰਤੀ ਬੂੰਦ ਬਾਰੇ ਵਿਦਵਾਨਾਂ ਦੀ ਰਾਏ ਹੈ ਕਿ ਅੰਬਰ ਉੱਪਰ ਟਪਕਦੀ ਜੇ ਕਿਤੇ ਕੇਲੀ ਉੱਪਰ ਪੈ ਜਾਵੇ ਕੇਲੀ ਵਿੱਚੋਂ ਕਪੂਰ ਪੈਦਾ ਹੁੰਦਾ ਜੇ ਕਿਤੇ ਇਹ ਸੁਵੰਤੀ ਬੂੰਦ ਸਿਪ ਉੱਪਰ ਪੈ ਜਾਵੇ ਸਿਪ ਵਿੱਚੋਂ ਸੁੱਚੇ ਮੋਤੀ ਪੈਦਾ ਹੁੰਦੇ ਜੇ ਇਹ ਕਿਸੇ ਸੁਵੰਤੀ ਬੂੰਦ ਸੱਪ ਉੱਪਰ ਪੈ ਜਾਵੇ ਸੱਪ ਮਨੀ ਸਹੇੜਦਾ ਜੇ ਸੁਵੰਤੀ ਬੂੰਦ ਕਿਤੇ ਹਰੇ ਘਾਹ ਉੱਪਰ ਪੈ ਜਾਵੇ ਹਰੇ ਘਾਹ ਦਾ ਰੰਗ ਸਫੇਦ ਹੋ ਜਾਂਦਾ ਉਹ ਸਫੇਦ ਕਾਰਨ ਜੇ ਕਿਤੇ ਹਿਰਨ ਚੁੱਕ ਜਾਵੇ ਉਹਦੀ ਨਾਭੀ ਵਿੱਚੋਂ ਕਸਤੂਰੀ ਪੈਦਾ ਹੁੰਦੀ ਇਹੀ ਇੱਥੇ ਬਸ ਨਹੀਂ ਇਹ ਸੁਵੰਤੀ ਬੂੰਦ ਜੇ ਕਿਤੇ ਬਬੀਹੇ ਨੂੰ ਮਿਲ ਜਾਵੇ ਬਬੀਹੇ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਇਹੀ ਸੁਵੰਤੀ ਬੂੰਦ ਜੇ ਮਨੁੱਖ ਉੱਪਰ ਪੈ ਜਾਵੇ ਮਨੁੱਖ ਦਾ ਮਨ ਪਵਿੱਤਰ ਤੇ ਹਿਰਦਾ ਸ਼ੁੱਧ ਹੋ ਜਾਂਦਾ ਇੱਥੇ ਬਸ ਨਹੀਂ ਇਹੀ ਸੁਵੰਤੀ ਬੂੰਦ ਜੇ ਕਿਤੇ ਗਿੱਦੜ ਉੱਪਰ ਪੈ ਜਾਵੇ ਤੇ ਗਿੱਦੜ ਦਾ ਮਨ ਜਿਹੜਾ ਗਿੱਦੜ ਪਾਗਲ ਹੋ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸੰਗਤ ਜੀ ਇਸ ਤਰ੍ਹਾਂ ਪਾਗਲ ਗਿੱਦੜ ਨੂੰ ਉੱਚੀ ਜੀ ਮੁਆਫਕ ਨੇ ਨਾ ਇਸ ਤਰ੍ਹਾਂ ਮਨ ਮੁਖ ਸਾਖਤ ਆਕਿਰਤ ਕਣ ਸੰਤ ਦੇ ਉੱਪਰ ਇਹ ਸੰਤਾਂ ਮਹਾਂਪੁਰਸ਼ਾਂ ਪ੍ਰਵਚਨ ਦਾ ਕੋਈ ਅਸਰ ਨਹੀਂ ਪੈਂਦਾ ਭਾਵੇਂ 3 ਦਿਨ ਤੋਂ ਇੱਥੇ ਸੇਵਾ ਕਰੀ ਜਾਓ ਮਨ ਤਨ ਕਰਕੇ ਇੱਥੇ ਵਿੱਚ ਮਨ ਸਾਡੇ ਹੋਰ ਘਰ ਦੇ ਕੰਮਾਂ ਵਿੱਚ ਤੁਰੇ ਫਿਰਦੇ ਇਹ ਸੁਵੰਤੀ ਬੂੰਦ ਦਾ ਪ੍ਰਵਚਨਾਂ ਦਾ ਕੋਈ ਅਸਰ ਨਹੀਂ ਪੈਣਾ ਸੋ ਇੰਨੀ ਕੀ ਕਰਿਓ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਟਾਈਮ ਬਈ ਬਹੁਤ ਕੀਮਤੀ ਹੈ ਮਹਾਰਾਜ ਜਿਵੇਂ 5 ਮਿੰਟ ਵੀ ਕਹਿੰਦਾ ਮੈਂ ਇੱਥੇ ਹੀ ਨਹੀਂ ਕੈਨੇਡਾ ਵਰਗੇ ਦੇਸ਼ਾਂ 'ਚ ਹੋਰ ਦੇਸ਼ਾਂ 'ਚ ਵੀ ਜਾ ਕੇ ਉੱਥੇ ਟਾਈਮ ਦੀ ਕਦਰ ਹੈ ਸਟੈਂਡ ਖੜਾ ਕਰ ਲਿਓ ਭਾਈ ਗੁਰਦੇਵ ਸਿੰਘ ਜੀ 4 ਮਿੰਟ ਲੱਗਣੇ ਚਾਹੀਦੇ ਹੈ ਮੇਰੇ ਕੋਲ ਜਥੇ ਬਹੁਤ ਹੈ ਕਿਉਂਕਿ ਹਰ ਇੱਕ ਸ਼ਰਧਾਵਾਨ ਆਉਂਦਾ ਉਹ ਸਤਿਕਾਰ ਨਾਲ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਫਤਿਹ ਬਿਲਕੁਲ ਨੇੜੇ ਆ ਜਾਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਖੜਾ ਇਸ ਕਰਕੇ ਹੋਇਆ ਬੈਠਾ ਨਹੀਂ ਦੀਦਾ ਇਸ ਕਰਕੇ ਸੰਗਤਾਂ ਦਾ ਬੜਾ ਧੰਨਵਾਦ ਹੈ ਜਿਹੜੇ ਹਾਜ਼ਰ ਹੋਈਆਂ ਹਨ ਖੇਡਾਂ ਜੱਗ ਨਾਲੋਂ ਤੇਰੀਆਂ ਨਿਆਰੀਆਂ ਧੰਨ ਬਾਬਾ ਹਰੀ ਸਿੰਘ ਜੀ ਖੇਡਾਂ ਜੱਗ ਨਾਲੋਂ ਤੇਰੀਆਂ ਨਿਆਰੀਆਂ ਧੰਨ ਬਾਬਾ ਹਰੀ ਸਿੰਘ ਜੀ ਧੰਨ ਬਾਬਾ ਹਰੀ ਸਿੰਘ ਜੀ ਧੰਨ ਬਾਬਾ ਹਰੀ ਸਿੰਘ ਜੀ ਖੇਡਾਂ ਜੱਗ ਨਾਲੋਂ
ਤੇਰੀਆਂ ਨਿਆਰੀਆਂ ਧੰਨ ਬਾਬਾ ਹਰੀ ਸਿੰਘ ਜੀ ਖੇਡਾਂ ਜੱਗ ਨਾਲੋਂ ਤੇਰੀਆਂ ਨਿਆਰੀਆਂ ਧੰਨ ਬਾਬਾ ਹਰੀ ਸਿੰਘ ਜੀ ਧੰਨ ਬਾਬਾ ਹਰੀ ਸਿੰਘ ਜੀ ਧੰਨ ਬਾਬਾ ਹਰੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਟੇਜ 'ਤੇ ਆਉਂਦਾ ਉਹਨੂੰ ਪਤਾ ਹੋਣਾ ਚਾਹੀਦਾ ਮੇਰੇ ਮਗਰੋਂ ਵੀ ਕਿਸੇ ਨੇ ਬੋਲਣਾ ਆ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਸਟੇਜ ਸੈਕਟਰੀ ਦਾ ਸੰਗਤਾਂ ਦਾ ਜਿਨ੍ਹਾਂ ਨੇ ਮਾਇਆ ਅਰਦਾਸ ਕਰਾਈ ਸੱਚੇ ਪਾਤਸ਼ਾਹ ਸਤਿਕਾਰਯੋਗ ਬ੍ਰਹਮ ਗਿਆਨੀ ਸੰਤ ਬਾਬਾ ਹਰੀ ਸਿੰਘ ਨੇਕੀ ਵਾਲੇ ਜਿਨ੍ਹਾਂ ਦੀ ਯਾਦ ਵਿੱਚ ਸੰਗਤਾਂ ਇਕੱਤਰਿਤ ਹੋਈਆਂ ਨੇਕੀ ਵਾਲਿਆ ਤੇਰੇ ਦਰਬਾਰ ਉੱਤੇ ਦੂਰੋਂ ਨੇੜਿਓਂ ਸੰਗਤਾਂ ਆਉਂਦੀਆਂ ਨੇ ਤੇਰੀ ਯਾਦ ਚ ਲੱਗਿਆ ਅੱਜ ਮੇਲਾ ਦਰਸ਼ਨ ਕਰਨ ਮੁਰਾਦਾਂ ਪਾਉਂਦੀਆਂ ਨੇ ਧੰਨ ਧੰਨ ਬਾਬਾ ਹਰੀ ਸਿੰਘ ਜੀ ਤੇਰੀ ਮਾਇਆ ਯਾਦ ਤੇਰੀ ਵਿੱਚ ਸੰਗਤਾਂ ਅੱਜ ਮੇਲਾ ਲਾਇਆ ਯਾਦ ਤੇਰੀ ਵਿੱਚ ਸੰਗਤਾਂ ਅੱਜ ਮੇਲਾ ਲਾਇਆ ਧੰਨ ਧੰਨ ਬਾਬਾ ਹਰੀ ਸਿੰਘ ਜੀ ਤੇਰੀ ਮਾਇਆ ਧੰਨ ਧੰਨ ਬਾਬਾ ਹਰੀ ਸਿੰਘ ਜੀ ਤੇਰੀ ਮਾਇਆ ਯਾਦ ਤੇਰੀ ਵਿੱਚ ਸੰਗਤ ਅੱਜ ਮੇਲਾ ਲਾਇਆ ਯਾਦ ਤੇਰੀ ਵਿੱਚ ਸੰਗਤ ਅੱਜ ਮੇਲਾ ਲਾਇਆ ਧੰਨ ਧੰਨ ਬਾਬਾ ਹਰੀ ਸਿੰਘ ਜੀ ਤੇਰੀ ਮਾਇਆ ਤੇਰੇ ਗੁਰੀ ਅਜਦਾ ਪਿਆ ਸਾਰੇ ਜੀ ਗਾਉਂਦੇ ਤੇਰੇ ਗੁਰੀ ਅਜਦਾ ਪਿਆ ਸਾਰੇ ਜੀ ਗਾਉਂਦੇ ਦਰ ਤੇਰੇ ਤੇ ਆਣ ਕੇ ਸਭ ਸੀਸ ਚੁਕਾਉਂਦੇ ਦਰ ਤੇਰੇ ਤੇ ਆਣ ਕੇ ਧੰਨ ਧੰਨ ਬਾਬਾ ਹਰੀ ਸਿੰਘ ਜੀ ਤੇਰੀ ਮਾਇਆ ਧੰਨ ਧੰਨ ਬਾਬਾ ਹਰੀ ਸਿੰਘ ਜੀ ਤੇਰੀ ਮਾਇਆ ਯਾਦ ਤੇਰੀ ਵਿੱਚ ਸੰਗਤਾਂ ਅੱਜ ਮੇਲਾ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਅੱਜ ਸੰਤ ਬਾਬਾ ਹਰੀ ਸਿੰਘ ਨੇਕੀ ਬਣੇ ਯਾਦ ਵਿੱਚ ਸੰਗਤ ਇਕੱਤਰਿਤ ਹੋਈ ਹੈ ਕਿਉਂਕਿ ਰਚਨਾ ਬਾਰੇ ਕੁਝ ਦੱਸਿਆ ਨਾ ਜਾਵੇ ਗੀਤ ਹਰੇਕ ਉੱਠ ਕੇ ਗਾ ਸਕਦਾ ਹੈ ਤੇ ਸੰਤ ਕਥਾ ਰਸ ਇਹ ਗਿਆਨੀ ਜੀ ਆਪ ਦੇ ਲੱਗੇ ਹੁਣ ਫੇਰ ਨਹੀਂ ਹਟਦੇ ਥੋੜ੍ਹੇ ਕਿਤੇ ਮੈਂ ਦੇਖਿਆ ਸੋ ਸਾਡੀ ਕੈਸਟ ਸੰਤ ਬਾਬਾ ਹਰੀ ਸਿੰਘ ਨੇਕੀ ਵਾਲਿਆਂ ਦੀ ਇਹਨਾਂ ਦੀ ਉਹਨਾਂ ਦੇ ਵਿੱਚ ਕਮੈਂਟਰੀ ਹੈ ਸੋ ਬੜੀ ਮੁਸ਼ਕਿਲ ਇਹਨਾਂ ਨੇ ਕਮੈਂਟਰੀ ਕੀਤੀ ਨੇਰੀਆਂ ਆਉਣ ਲੱਗ ਪਈਆਂ ਸਟੂਡੀਓ ਦੇ ਅੰਦਰ ਜਾ ਕੇ ਇਹਨਾਂ ਨੂੰ ਉਹਨਾਂ ਨੇ ਕਿਹਾ ਗਿਆਨੀ ਜੀ ਦਸਤਾਰ ਲਾ ਲਓ ਪਾਣੀ ਪੂਣੀ ਪੀ ਲਓ ਸਟੂਡੀਓ ਵਾਲੇ ਨੇ ਸੋ ਫਿਰ ਇਹਦੀ ਬਸ ਕਮੈਂਟਰੀ ਪੂਰੀ ਹੋਈ ਹੈ ਸੋ ਗਿਆਨੀ ਪ੍ਰੀਤਮ ਸਿੰਘ ਜੀ ਹਿਓ ਸੋ ਟਾਈਮ ਦਾ ਇੱਕ ਬੰਦ ਹੈ ਕਿਉਂਕਿ ਟਾਈਮ ਦੀ ਕਦਰ ਕਰਨੀ ਚਾਹੀਦੀ ਹੈ ਸੇ ਬਿਨ ਭਾਗਾਂ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭੇਜ ਜਿਓ ਸਾਡੇ ਸਤਿਕਾਰਯੋਗ ਖਾਲਸਾ ਜੀ ਗਿਆਨੀ ਪ੍ਰੀਤਮ ਸਿੰਘ ਜੀ ਆਓ ਜੀ ਧੰਨਵਾਦੀ ਹੈ ਇਹ ਮੇਰੇ ਸਾਥ ਇਹਨਾਂ ਦਿੱਤਾ ਸੀ ਕੈਸਟ ਕੱਢੀ ਸੀ ਬਾਬਾ ਹਰੀ ਸਿੰਘ ਮਹਾਰਾਜ ਦੀ ਉਹਦੇ 'ਚ ਕਨਵੈਂਟਰੀ ਮੈਂ ਕੀਤੀ ਸੀ ਦਾਸ ਨੇ ਕਿ ਉਹਦੇ ਮੰਨਣਹਾਨੇ ਮੈਂ 12-14 ਸਾਲ ਮੁੱਖ ਹੈੱਡ ਗ੍ਰੰਥੀ ਸੇਵਾ ਕਰੀ ਹੈ ਸੇਵਾ ਮਹਾਂਪੁਰੇ ਕਰਾ ਸਕਦੇ ਹੈ ਹੁਣ ਜੋਤੀ ਨਵਾਂ ਸ਼ਹਿਰ 5 ਮਿੰਟ ਵਾਸਤੇ ਬਸ ਇਹ ਨਾ ਵੀ ਗੀਤ ਨੂੰ ਵੱਡੇ ਮੈਨੂੰ ਪਤਾ ਵੀ ਕਿੰਨੇ ਇਹਦੇ 'ਚ ਕਾਲਮ ਹੁੰਦੇ ਕੀ ਹੁੰਦਾ ਕਿਉਂਕਿ ਉਮਰ ਭਰ ਗੀਤ ਸੰਗੀਤ ਵੀ ਕੀਤਾ ਅਤੇ ਗੀਤ ਵੀ ਕੀਤਾ ਅਤੇ ਕਥਾ ਵੀ ਕੀਤੀ ਆਓ 5 ਮਿੰਟ ਵਾਸਤੇ ਵਜਾ ਦੇ ਹਰਮੋਨੀਓ ਅੰਮ੍ਰਿਤ ਸਾਰੇ ਗੁਰਬਾਣੀ ਕੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਕਹਿੰਦੇ ਜਿਹੜਾ ਬਾਣੀ ਪੜ੍ਹਦਾ ਉਹ ਵੀ ਤਰ ਜਾਂਦਾ ਜਿਹੜਾ ਬਾਣੀ ਸੁਣਦਾ ਉਹ ਵੀ ਤਰ ਜਾਂਦਾ ਸੋ ਬਾਣੀ ਬਾਰੇ ਗੱਲ ਕਰਨ ਜਾ ਰਹੀ ਹਾਂ ਪੜ੍ਹ ਲੈ ਤੂੰ ਸਤਿਗੁਰ ਦੀ ਬਾਣੀ ਬਾਣੀ ਤੋਂ ਰਤਨਾ ਦੀ ਖਾਣੀ
ਮਨਜੀਤ ਵੀਰ ਜੀ ਇਹ ਵੀ ਇੱਕ 5 ਮਿੰਟ ਵਾਸਤੇ ਸੋ ਇਹਨਾਂ ਦੇ ਬਾਅਦ ਬਲਜਿੰਦਰ ਜੋਤੀ ਸਾਰੀ ਸੰਗਤ ਵੀ ਕਦੇ ਕਰਿਆ ਕਰ ਉਹ ਪਾਪ ਦੀ ਪਾਣੀ ਚੜਨ ਵਾਲਿਆ ਉਸ ਮਾਰਗ ਤੇ ਡਰਿਆ ਕਰ ਲੋਕੇ ਜੋਕੇ ਅੰਤ ਭਗਤਾਂ ਦੇ ਬੈਠੇ ਉਹ ਜਾਣ ਸਵਰਗਾਂ ਨੂੰ ਜਿਹੜੇ ਸਤ ਸੰਗ ਦੇ ਵਿੱਚ ਬੈਠੇ ਅੱਜ ਦੇਖੀ ਵਾਲੇ ਮਹਾਰਾਜ ਜੀ ਦਾ ਸਤਸੰਗ ਹੈ ਤੂੰ ਇੱਕ ਵਾਰ ਇੱਕ ਚਿੱਤ ਹੋ ਜਾਏਗੀ ਤੇ ਰਾਮ ਨਾਮ ਵਿੱਚ ਹੋ ਜਾਏਗੀ ਆਖਰ ਨੂੰ ਮਿੱਟੀ ਹੋ ਜਾਏਗੀ ਤੇ ਹੋ ਜੂ ਖਤਮ ਕਹਾਣੀ ਰੱਬ ਲੇਖਾ ਬਾਬੂਗਾ ਜੀ ਤੇਥੋਂ ਕੱਢ ਕੇ ਗਈ ਰਾਣੀ ਤੇਥੋਂ ਕੱਢ ਕੇ ਗਈ ਰਾਣੀ ਤੂੰ ਇੱਕ ਵਾਰ ਇੱਕ ਚਿੱਤ ਹੋ ਜਾਏਗੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਾਬਾ ਜੀ ਸਾਡੇ ਬਾਬਾ ਤੁਸੀਂ ਸਾਰੇ ਸਿੰਘ ਜੀ ਸਾਡੇ ਬਾਬਾ ਜੀ ਗੁਰਮੇਲ ਸਿੰਘ ਜੀ ਸੋ ਪੇਸ਼ ਕਰਨ ਜਾ ਰਹੀ ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਵੰਦਨਾ ਹਾਂਜੀ ਰੱਬ ਭੇਸ ਬਦਲ ਕੇ ਆਇਆ ਨੀ ਤੇਰਾ ਕੰਜੀ ਦੇ ਵਿੱਚ ਲਾਇਆ ਨੀ ਚੱਲ ਦਰਸ਼ਨ ਕਰ ਲੈ Thank you.
कले कले भी गाना था डेढ़ मिनट एक गाल चलो ठीक है आइए संतन बाबा जी बोलो जी आओ केंद्र संता बाजे ना सत संतोख मिलता बूटा प्यार वाला एने फुल दा नहीं दुध जमदा ना कदे जाग बाजे बिना पानी दे नहीं कपड़ा तो लगा नहीं पूर लंगे ना पार मिला बाजिया सौदा सच वाला एने तलदा नहीं हरदावे वाले सच्चे सत बाजिया जिंदा दसवें द्वार दा खुलदा नहीं जिंदा दसवें द्वार दा खुलदा नहीं पेश कर दी दुनिया दे मेले दी गल जिदा के अपना बाबा जी दी हाजरी भर के सेवा करके घर नूं चले जाना है इसे तरह अपने भगवान ने इस दुनिया दे विच हाजरी लाने भेजा है मेला देख ले भेजा है अपनी कमाई दे विच फल दान करने भेजा है कहिंदे तेरी जान दा होया जदों गाफला है कीता गौर दे नाल क्यास नहीं अखी देख के तेरे सजणा ने होया चित्त दे विच उदास नहीं ਜਿਹੜੇ ਨਾਲ ਖੁਰਾਕ ਦੇ ਪਾਰਿਆ ਤੇਰਾ ਛੱਡਣਾ ਕੀ ਰਿਹਾ ਮਾਸ ਨਹੀਂ ਕੋਈ ਰੋਗ ਦੇ ਗਲਵਰਾ ਆ ਗਿਆ ਨਾ ਪੇਸ਼ ਕਰਦੇ ਆ ਦੁਨੀਆ ਦੇ ਮੇਲੇ ਦੇ ਹੋ ਨਾਮ
ਵੱਡੇ ਬਜ਼ੁਰਗ ਕਿਤੇ ਨਹੀਂ ਜਾਂਦੇ, ਵੱਡੇ ਬਜ਼ੁਰਗ ਕਰਾਚੀ ਰਹਿੰਦੇ ਹਨ। ਇਹ ਦੋ ਪਿਆਰ ਤੇ ਪੋਤਾ ਜੋ ਹੀ ਰੂਹਾਂ ਕਰਾਚੀ ਆ ਜਾਂਦੇ, ਇੱਕ ਪਾਸੇ ਪਰਮਾਤਮਾ ਭਰੀ ਜਾਂਦਾ, ਦੂਜੇ ਪਾਸੇ ਰੋਲੀ ਜਾਂਦਾ। ਇਹ ਹਰ ਕੋਈ ਚਾਹੁੰਦਾ ਇੱਥੇ ਸਭ ਦਾ ਜੁਮੇਲਾ ਹੋ ਜਾਵੇ। ਇਸ ਸਲਾਨਾ ਜੋੜ ਮੇਲੇ ਤੇ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਸੋ ਜ਼ਿਆਦਾ ਟਾਈਮ ਲਾ ਲੈਂਦਾ ਹੋਵੇ ਤਾਂ 8 ਵਜੇ ਵਿੱਚ ਧਾਰਮਿਕ ਸਮਾਂ ਬਹੁਤ ਘੱਟ ਹੈ। ਨਾਮ ਜਪਣਾ ਗੁਰੂ ਦਾ ਉੱਠ ਤੜਕੇ ਜਗ ਉੱਤੇ ਨਾ ਚਮਕਾਰੋ ਜੋ ਪਵ ਚੱਲ ਲੰਘਣਾ ਨੀ ਜਿੰਦੜੀਓ ਪਰ ਸਤਿਗੁਰੂ ਦੀ ਬਾਣੀ ਜੋ ਪਵ ਚੱਲ ਲੰਘਣਾ ਨੀ ਜਿੰਦੜੀਓ ਪਰ ਸਤਿਗੁਰੂ ਦੀ ਬਾਣੀ ਬਹੁਤ ਸਾਰਾ ਮਾਨ ਸਤਿਕਾਰ
ਹੱਥ ਨਹੀਂ ਆਉਣਾ ਉਹ ਲਾਣੀ ਜੱਗ ਚਾਰ ਦੇਣਾ पहले गल दसी जाए अगला तैयार रहे ये ना हो दो मिनट का साज तैयार करना शुरू हो जाए आओ टाइम आप पंक्चुअल रही गुरु महाराज के चरण में संगत जुड़ बैठी है और परमजीत गोसल जी स्वर्गवासी उन्हां दी कलम विचों लिखी हुई रचना हाजरी सानू तेरे सहारिया की लोड़ गुरु जी सानू तेरे सानू तेरे सहारिया की लोड़ गुरु जी सानू तेरे कुछ चाहिदा नहीं ਜਗਤ ਹੋਰ ਗੁਰੂ ਜੀ ਸਾਨੂੰ ਤੇਰਿਆ ਸਾਨੂੰ ਤੇਰਿਆ ਸਾਰਿਆਂ ਦੀ ਲੋੜ ਗੁਰੂ ਜੀ ਸਾਨੂੰ ਤੇਰਿਆ ਸਤਿਗੁਰ ਤੇਰਾ ਖੇਤ ਨਰਾਲਾ ਸਾਰੀ ਜਗ
ਸਕਦਾ ਤੂੰ ਰਖਵਾਲਾ ਸਤਿਗੁਰ ਤੇਰਾ ਹੇਠ ਨਰਾਲਾ ਸਾਰੇ ਜਗਦਾ ਤੂੰ ਰਖਵਾਲਾ ਤੇਰੇ ਹੱਥੇ ਵਿੱਚ ਸੰਗਤਾਂ ਦੀ ਡੋਡ ਗੁਰੂ ਜੀ ਸਾਨੂੰ ਤੇਰਿਆ ਸਾਨੂੰ ਤੇਰਿਆ ਸਹਾਰਿਆ ਦੀ ਲੋੜ ਗੁਰੂ ਜੀ ਸਾਨੂੰ ਤੇਰਿਆ ਦਾਤਾ ਕਰਮ ਕਮਾਈ ਅੱਗ ਸਗਰੇ ਸਦਾ ਦੂਰ ਲਜਾਈ ਉੱਠ ਲਵੇ ਦਾਨ ਮਨ ਕਰ ਮੋੜ ਗੁਰੂ ਜੀ ਸਾਨੂੰ ਤੇਰਿਆ ਸਾਨੂੰ ਤੇਰਿਆ ਸਾ ਹਰਿਆ ਦੀ ਲੋੜ ਗੁਰੂ ਜੀ ਸਾਨੂੰ ਤੇਰਿਆ ਉਸ ਲੱਗ ਪੰਮੀ ਤੇਰਾ ਸਵਾਲੀ ਚਾਹੇ ਨਾ ਤੇਰੇ ਲਗ ਤੋਂ ਖਾਲੀ ਪੰਮੀ ਤੇਰਾ ਸਵਾਲੀ ਚਾਹੇ ਨਾ ਤੇਰੇ ਲਗ ਤੋਂ ਖਾਲੀ ਤੇਰੇ ਨਾਮ ਵਾਲੀ ਚੜੀ ਰਹਿ ਲੋਦ ਗੁਰੂ ਜੀ ਸਾਨੂੰ ਤੇਰਿਆ ਸਾਨੂੰ ਤੇਰਿਆ ਸਾ ਹਰਿਆ ਦੀ ਲੋੜ ਗੁਰੂ ਜੀ ਸਾਨੂੰ ਤੇਰਿਆ ਕੁਝ ਚਾਹੀਦਾ ਨੀ ਜਗ ਯੁਗ ਹੋਰ ਗੁਰੂ ਜੀ ਸਾਨੂੰ ਤੇਰਿਆ ਸਾਨੂੰ ਤੇਰਿਆ ਸਾ ਹਰਿਆ ਦੀ ਲੋੜ ਗੁਰੂ ਜੀ ਸਾਨੂੰ ਤੇਰਿਆ ਬੜਾ ਧੰਨਵਾਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਹੁਣ ਆਪ ਜੀ ਨੂੰ ਦੀਪ ਸ਼ਿੰਦਾ ਇਹ ਵੀ ਬਸ ਪੰਜ ਮਿੰਟ ਦੀ ਵਿਆਹ ਚਾਰ ਮਿੰਟ ਲੈਸ ਦੇਣ ਕਰੋ ਆਓ ਬੜੇ ਪਿਆਰ ਸਹਿਤ ਲੈਕਚਰ ਨਹੀਂ ਦੇਣਾ ਲੈਕਚਰ ਬੜਾ ਸੁਣਦੀ ਦੇਣੀ ਸਭ ਪੇਸ਼ ਕਰ ਰਿਹਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਦਾ ਪ੍ਰਭ ਜੀ ਪ੍ਰਭ ਜੀ ਤੂੰ ਮੇਰੇ ਪਿਆਰੇ ਆਧਾਰ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਦਾ ਹਲੋ ਫਿਰ ਇੱਕ ਗੀਤ ਸੋ ਮਾਂ ਦੀ ਗੱਲ ਜਿਸ ਮਾਂ ਨੇ ਬਣਿਆ ਪੀਰਾਂ ਫਕੀਰਾਂ ਨੂੰ ਜਨਮ ਦਿੱਤਾ ਉਸ ਮਾਂ ਦੀ ਗੱਲ ਆਪਦੇ ਚਰਨਾਂ 'ਚ ਪੇਸ਼ ਕਰ ਰਿਹਾ ਸੀਸ ਦੇ ਉੱਤੇ ਜਲਾਦਾ ਨਿਆਰਾ ਰੱਖਿਆ ਉਸ ਵੇਲੇ ਵਿੱਚ ਨਾ ਪੇਸ਼ ਕਰਨ ਜਾ ਰਿਹਾ ਸੁਣਿਆ ਲਓ ਗੌਰ ਨਾਲ ਸੁਣਿਆ ਲਓ ਗੌਰ ਨਾਲ
ਬਹੁਤ ਧੰਨਵਾਦ ਹੈ ਜੀ। ਹੁਣ ਭੋਲਾ ਕੋਮਲ ਜਗਦੀਸ਼ ਕੋਮਲ ਭੋਲਾ ਕੋਮਲ ਜਗਦੀਸ਼ ਜਗਦੀਸ਼ ਕੋਮਲ ਹੈਲੋ ਇਹ ਜੋ ਕਿਉਂਕਿ ਸਾਡੇ ਬਾਪੂ ਜੀ ਸਟੇਟ ਸੈਕਟਰੀ ਸਾਹਿਬ ਬਹੁਤ ਸਖਤ ਨੇ ਉਹ ਕਹਿੰਦੇ ਵੀ ਗੱਲਾਂ ਘੱਟ ਕਰਨੀਆਂ ਕੰਮ ਜ਼ਿਆਦਾ ਕਰਨਾ ਗੀਤ ਅਸੀਂ ਦੋ ਕਹਿ ਦਿੰਦੇ ਨੇ ਤੋ ਅੱਜ ਪ੍ਰਵਾਨ ਕਰਨਾ ਤੇ ਹੋਰ ਕਰੂ ਕੇ ਨਾ
ਦੀਆਂ ਸਭੇ ਜ਼ਰੂਰਤਾਂ ਮੇਰੀਆਂ ਨੂੰ ਲੋਕੀ ਤੱਕਦੇ ਐਬ ਗੁਨਾ ਮੇਰੇ ਮੈਂ ਤੇ ਤੱਕਦਾਰ ਹੈ ਬਤਾ ਤੇਰੀਆਂ ਨੂੰ ਮੈਂ ਤੇ ਤੱਕਦਾਰ ਹੈ ਬਤਾ ਤੇਰੀਆਂ ਨੂੰ ਓ ਚੱਲ ਕੇ ਸਾਲੀ ਡਰੋ ਮੋੜੀ ਨਾ ਦੁਖਾਲੀ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਆਪਣੀ ਮਾਤਾ ਪਿਤਾ ਦੀ ਗੋਦ ਦੇ ਸ਼ਿੰਗਾਰ ਬਹੁਤ ਸਾਰਾ ਸਤਿਕਾਰ ਕਰਦੇ ਨੇ ਮੇਰਾ ਮਾਲਕ ਸਭ ਦੀ ਆਸਾਂ ਮੁਰਾਦਾਂ ਪੂਰੀਆਂ ਕਰੇ ਜਿਹਨਾਂ ਖਜ਼ਾਨਿਆਂ ਚੋਂ ਮਾਇਆ ਹੀ ਸੁੱਖ ਜਾਣੇ ਭਰਪੂਰ ਕਰੇ ਸਵਾਰੀ ਤੋਂ ਬਾਹਰ ਦੀ ਬਾਹਰ
बहुत बहुत धन्यवाद है। टाइम सिर समाप्ति दिती है। हुण गुरजीत सिंह सूरापुरिया सिर्फ चार मिनट वास्ते एक आइटम कोई लैक्चर नहीं देना भाई, मेहरबानी करके समाप्ति दियो। छिंज की भी तैयारी तैयारी है, उधर भी आओ, मेहरबानी। शुरू करो बंदन सर्व कला सम्राटो दोलन को राखो प्रभु नानक कर हाथो। वाहिगुरु जी का खालसा वाहिगुरु जी की फतेह। बहुतिया गलां ना कर दे सुरजीत सिंह सूरापुरिया पाछो शब्द सरवण करो सोने चांदी दा व्यापार दुनिया कर दिया साधु कर दिया। ओ सोने चांदी दा व्यापार दुनिया कर दिया साधु कर दे हट नाम ना। सोने चांदी दा व्यापार दुनिया कर दिया साधु कर दे हट नाम ना। साधु कर दे कांसी तांबा किन्नी लौंग सुपारी संतो बन गया नाम गोबिंद का ऐसी खेप हमारी हर के नाम के व्यापारी मेरा हाथ चढ़िया निर्मोल का ओ छूट गई संसारी साधु कर दे सच लाए तो सच लागे सच के ब्योहारी सच बात के पार चलाए पहुंचे जाए पंडारी अपे रतन जवार मान का अपे पछारी अपे दहद से आप चलावे निचल व्यापारी ओ मन कर बैल सुर्थ कर पंडा ज्ञान गोल पलटारी कहत कबीर सुनोरे संतो ओ निभी के वाहे गुरु वाहे गुरु वाहे गुरु जे जपो सतनाम सतनाम जे वाहे गुरु वाहे गुरु वाहे गुरु जे सतनाम 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 जे वाहे गुरु वाहे गुरु वाहे गुरु जे। शौकी और जस्टर ना भाई फूल उठ के खड़ा हो जा जेड़ा कहते भी चमकीले ने भी गीत रहा वो भी ला लवे क्योंकि चमक बाद ची होंगी है जब बदल गाजदा तो बिजली लश्करी चमक और बाद च पैंदी है। आओ सरवण करिए शौकी नू तीन मिनट की सिर्फ आइटम है। शौकी साहब जी दुनियावी लोग भटक जाने हैं सबर का फल मिठा होंदा है। सुमरचना पेश कर लगे हैं मेरे वीरां वल्लों एक कोई पिछले साल तुसी गीत गाया सी संत देन उपदेश बंदे ही नहीं तेरा देश
कि वह जरूर सुनाया जाए। सुरचना पेश कर लगे हैं संत देनी उपदेश बंदे ये नी तेरा देश आलम आलम संत देनी उपदेश बंदे ये नी तेरा देश संत देनी उपदेश बंदे ये नी तेरा देश पार सत्या गुरांदी बंदे बाणी छड्ड दे हंकार करे ना कीते भल जनो तारे ना परारी छड्ड दे हंकार करे ना ਸ਼ੀਰਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਕਰੀ
ਹਾਂਜੀ